पंजाब दे विच अमन अमान ते शांति दे नाल पंचायती चोणां सिरे चढ़ गईआं ने। बहुत सारे पिंडां दे विच फसमें मुकाबले देखण नूं मिले ते बहुत सारे पंजाब दे इस तरह दे पिंड रहे जिथे लंबे वक्फे तों बाद वोटां होईआं। असीं कपूरथला जिले च मौजूद हां ते कपूरथला जिले दे विच दरियावां दे नाल घिरे होए पिंड दे विच पहुंचे होए हां। पिंड दा नाम है आली कलां। अक्सर ये पिंड हड़ां दे नाल प्रभावित रहिंदा है तां इसे 40 सालां दे वक्फे दे मगरों चोणां होईआं ने ते नवें सरपंच चुने गए ने बीबी जगीर कौर होनी। उह साडे नाल ने ते उहनां दे जिहड़े पति ने सरदार शमिंदर सिंह जिहड़े समाज सेवक तौर पर भी जाने जाते हैं। और ये परिवार की मैं एक विलखणता दस रहा कि 36-37 जिहड़े जी है ने वह इकट्ठे रहिंदे ने, एको घर के रेंदे ने, एक ही दरवाजे हेठां रेंदे ने, एक ही छत हेठां रेंदे ने। तो इन्होंने हुण इत्थे ਨਵੇਂ ਸਰਪੰਚ ਚੁਣੇ ਗਏ ਨੇ, ਗੱਲਬਾਤ ਕਰਾਂਗੇ। ਸਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤੁਸੀਂ ਨਵੇਂ ਹੁਣ ਸਰਪੰਚ ਚੁਣੇ ਗਏ ਨੇ, ਪਿੰਡ ਵਾਸੀਆਂ ਨੇ ਮੌਕਾ ਦਿੱਤਾ ਹੈਗਾ, ਤਾਂ ਕਿਹੜੇ ਆਧਾਰ ਤੇ ਪਿੰਡ ਦਾ ਵਿਕਾਸ ਹੋਊਗਾ? ਵਿਕਾਸ ਸਰ ਕੋਸ਼ਿਸ਼ ਅਸੀਂ ਸ਼ੁਰੂ ਤੋਂ ਵੀ ਜਿੱਦਾਂ ਤੁਸੀਂ ਪਹਿਲਾਂ ਲਫ਼ਜ਼ ਬੋਲਤਾ ਸਮਾਜ ਸੇਵੀ, ਪਿੰਡ ਦੀਆਂ ਡਿਮਾਂਡਾਂ ਮੁਤਾਬਕ, ਕਿਉਂਕਿ ਸਾਡੇ ਪਿੰਡ ਦੀਆਂ ਮੰਡ ਕਰਕੇ ਅਲੱਗ 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 ਡਿਮਾਂਡਾਂ ਵਾਂ। ਬੰਨਾਂ ਵਾਲੀ ਤੋਂ ਗੱਲ ਕੀਤੀ ਆ, ਜ਼ਮੀਨਾਂ ਦੀ ਗੱਲ ਕੀਤੀ ਆ, ਪਿੰਡ ਦੇ ਵਿੱਚ ਹੀ ਹੁੰਦਾ ਵਾ ਕੋਈ ਛੱਪੜ ਦੇ ਵਿਕਾਸ, ਗਲੀਆਂ ਦੇ, ਰਾਹਾਂ ਦੇ ਵਿਕਾਸ, ਜਿੰਨਾ ਵੀ ਤੋਂ ਹੋ ਸਕਿਆ ਅਤੇ ਹੋਣਾ ਆ, ਕੋਸ਼ਿਸ਼ ਕਰਾਂਗੇ ਸੰਗਤ ਦੇ ਸਾਥ ਨਾਲ। ਕਿਉਂਕਿ ਕੋਈ ਵੀ ਸਰਪੰਚ, ਕੋਈ ਵੀ ਅਹੁਦੇਦਾਰ, ਜਿੰਨਾ ਚਿਰ ਸੰਗਤ ਪਿੰਡ ਨਹੀਂ ਸਾਥ ਦਿੰਦਾ, ਉਹ ਇਕੱਲਾ ਕੁਛ ਨਹੀਂ ਕਰ ਸਕਦਾ। ਸਾਰੀ ਸੰਗਤ ਦਾ ਅੱਜ ਤੱਕ, ਕੱਲ੍ਹ ਤੱਕ ਜਿੰਨਾ ਚਿਰ ਇਲੈਕਸ਼ਨ ਨਹੀਂ ਹੋਈ ਸੀਗਾ, ਚਲੋ ਪਹਿਲੀ ਗੱਲ ਸਾਨੂੰ ਬੜਾ ਵੱਡਾ ਦੁੱਖ ਵਾ, 40 ਸਾਲ ਬਾਅਦ ਸਾਡੇ ਇਲੈਕਸ਼ਨ ਹੋਈ, ਨਹੀਂ ਹੋਣੀ ਚਾਹੀਦੀ। ਚਲੋ ਉਹਦਾ ਅਸੀਂ ਕਿਸੇ 'ਤੇ ਬਲੇਮ ਨਹੀਂ ਲਾਉਂਦੇ ਕੀ ਕਾਰਨ ਹੋਇਆ, ਕਦੀ ਵੀ ਅਸੀਂ ਕਿਸੇ ਵਿਰੋਧੀ 'ਤੇ ਜਾਂ ਸਮਰਥਕ 'ਤੇ ਜਾਂ ਬਲੇਮ ਨਹੀਂ ਲਾਉਂਦੇ। ਕੋਈ ਕਾਰਨ ਬਣੇ, ਮੈਂ ਤਾਂ ਨਾ ਵਾਹਿਗੁਰੂ ਦੀ ਕਲਾ ਇਹੋ ਜਿਹੀ ਬਣੀ ਬਹਾਨਾ ਬਣਿਆ, ਇਲੈਕਸ਼ਨ ਹੋਣੀ ਪਈ। ਜਿੰਨਾ ਚਿਰ ਇਲੈਕਸ਼ਨ ਨਹੀਂ ਹੋਈ, ਖਿੱਚ ਵੀ ਹੋਈ, ਵੋਟਾਂ ਦੇ ਆਪਾਂ ਆਪਣੇ ਪ੍ਰਚਾਰ ਵੀ ਕੀਤੇ, ਜਿਹੜੀ ਤੁਸੀਂ ਗੱਲ ਪੁੱਛਣੀ ਚਾਹੁੰਦੇ ਹਾਂ, ਜੋ ਸਿਆਸੀ ਲੀਡਰ ਪ੍ਰਚਾਰ ਕਰਦੇ, ਪਹਿਲਾਂ ਮੈਂ ਆਹ ਕਰੂੰਗਾ, ਉਹ ਕਰੂੰਗਾ, ਮੈਂ ਬਿਲਕੁਲ ਨਹੀਂ ਕਰੂੰਗਾ। ਜਿੱਦਣ ਵੋਟਾਂ ਪੈ ਗਈਆਂ, ਰਿਜ਼ਲਟ ਆ ਗਿਆ, ਉਦੋਂ ਬਾਅਦ ਸਾਰਾ ਪਿੰਡ ਵਾਲੀ ਕਿਨਾ ਰੱਬ ਅੱਗੇ ਵਾਹਿਗੁਰੂ ਅੱਗੇ ਹੱਥ ਜੋੜ ਕੇ ਅਰਦਾਸ ਕਰਦਾ, ਪਰਮਾਤਮਾ ਸਾਰੇ ਪਿੰਡ ਨੂੰ ਇਕੱਤਰਤਾ ਬਖਸ਼ੀ। ਕੋਈ ਇੱਥੇ ਵਿਰੋਧੀ ਨਹੀਂ, ਕੋਈ ਵਿਰੁੱਧ ਵੋਟ ਪਾਉਣ ਵਾਲਾ ਨਹੀਂ, ਸਾਰਾ ਪਿੰਡ ਮੰਨ ਲਓ ਜਿੱਦਾਂ ਸਾਡੇ ਪਰਿਵਾਰ ਨੂੰ ਸਰਪੰਚ ਦੀ ਦਾਤ ਬਖਸ਼ਤੀ, ਸਾਰੇ ਪਿੰਡ ਦੇ ਸਰਪੰਚ ਹੋਵਾਂਗੇ ਕਿਸੇ ਇੱਕ ਘਰ ਦੇ, ਭਾਵੇਂ ਉਹ ਸਪੋਰਟਰ ਆ ਅਤੇ ਭਾਵੇਂ ਉਹ ਉਹਨਾਂ ਚਿਰ ਵਿਰੋਧੀ ਰਿਹਾ, ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ, ਪਰਮਾਤਮਾ ਕਿਤੇ ਮਨ 'ਚ ਆਵੇ ਵੀ ਤੂੰ ਕਿਰਪਾ ਕਰਕੇ ਸਿਰ 'ਤੇ ਹੱਥ ਦੇ ਕੇ ਸਾਡੇ ਮਨ 'ਚ ਇਹੋ ਜਿਹੀ ਗੱਲ ਨਾ ਆਵੇ ਵੀ ਇਹ ਮੇਰਾ ਵਿਰੋਧੀ ਹੈ, ਇਹਨੇ ਮੇਰੇ ਵਿਰੁੱਧ ਵੋਟ ਪਾਈ ਆ, ਜਿੰਨਾ ਹੋ ਸਕਦਾ। ਕਿਉਂ? ਕਿਉਂਕਿ ਜਿੰਨਾ ਚਿਰ ਸਾਰਾ ਪਿੰਡ, ਸਾਰੀ ਸੰਗਤ ਸਾਥ ਨਾ ਦਊ, ਉਹਨਾਂ ਚਿਰ ਕੋਈ ਵਿਕਾਸ ਨਹੀਂ ਹੋ ਸਕਦਾ। ਕਿਉਂਕਿ ਵਿਕਾਸ ਹੋਣਾ ਸੰਗਤ ਦੇ ਸਾਥ ਨਾਲ, ਅਤੇ ਜੇ ਕੋਈ ਅੱਧਾ ਪਚੱਧਾ ਕੋਈ ਬੰਦੇ ਵਿੱਚ ਡਿੱਕੇ ਡਾਉਣ 'ਤੇ ਝੂਠੀ ਗੱਲ ਆ, ਵਿਕਾਸ ਨਹੀਂ ਫਿਰ ਹੋ ਸਕਦਾ। ਸਰ ਜਿਸ ਤਰ੍ਹਾਂ ਕਿ ਤੁਹਾਡਾ ਜਿਹੜਾ ਪਰਿਵਾਰ ਹੈਗਾ, ਇਹ ਆਪਣੇ ਸੂਬੇ ਦੇ ਵਿੱਚ ਹੀ ਇੱਕ ਭਾਈਚਾਰਕ ਸਾਂਝ ਦੀ ਇੱਕ ਮਿਸਾਲ ਪੇਸ਼ ਕਰਦਾ, ਹੈ ਨਾ, ਤਾਂ ਤੁਸੀਂ ਕਿਹਾ ਕਿ ਪਿੰਡ ਹੀ ਮੇਰਾ ਪਰਿਵਾਰ ਹੈਗਾ, ਪਿੰਡ ਨੂੰ ਜਦੋਂ ਆਪਾਂ ਪਰਿਵਾਰ ਦਾ ਹੀ ਦਰਜਾ ਦੇ ਦਿੱਤਾ ਤਾਂ ਫਿਰ ਹੀਰ ਫੇਰ ਦੀ ਤਾਂ ਗੱਲ ਨਹੀਂ ਰਹਿ ਜਾਂਦੀ। ਬਿਲਕੁਲ ਬਿਲਕੁਲ ਬਿਲਕੁਲ। ਕੱਲ੍ਹ ਨਾ ਕਿ ਫਿਰ ਹੁੰਦਾ ਹੀ ਆ, ਜਦੋਂ ਜਿੱਤ ਪ੍ਰਾਪਤ ਹੋਵੇ ਪਾਰਟੀ, ਮੰਨ ਲਓ ਵੀ ਪਿੰਡ ਸੰਗਤ ਨੇ ਕਿਹਾ ਪਾਰਟੀ ਕਰ ਲਓ, ਚਾਰ ਜੀ ਇਕੱਠੇ ਕਰਕੇ, ਇੱਕ ਤਾਂ ਧੰਨਵਾਦ ਕਰ ਦਿਉ, ਇੱਕ ਤੁਹਾਡਾ ਬੱਲਾ ਕੀ ਹੁੰਦਾ, ਕੋਈ ਖਾਣ ਦਾ ਤਾਂ ਭੁੱਖਾ ਹੁੰਦਾ ਹੀ ਨਹੀਂਗਾ, ਇੱਕ ਬਹਿਣ ਦਾ ਤਰੀਕਾ ਹੁੰਦਾ। ਅਸੀਂ ਇਹ ਕੋਸ਼ਿਸ਼ ਕੀਤੀ ਸੀ ਸਾਰੇ ਪਿੰਡ 'ਚ ਘਰ ਘਰ ਕਹਿ ਕੇ ਆਉਣਾ ਵਾ, ਇਹ ਨਹੀਂ ਸੋਚਣਾ ਵੀ ਇਹਨੇ ਵੋਟ ਪਾਈ ਇਹਨੇ ਨਹੀਂ ਪਾਈ। ਹਾਂ, ਵੈਸੇ ਪ੍ਰੈਸਾਂ 'ਚ ਉਹਦੀਆਂ ਗੱਲਾਂ ਨਹੀਂ ਕਰਨੀਆਂ, ਫਿਰ ਵੀ ਮੈਂ ਮਾਫ਼ੀ ਮੰਗਦਾ ਵਾਂ, ਇੱਕ ਜਾਂ ਦੋ ਘਰ ਜਿਹੜੇ ਸਾਡੇ ਵਿਰੁੱਧ ਕੈਂਡੀਡੇਟ ਖੜ੍ਹੇ ਸੀ, ਜਾਂ ਇੱਕ ਦੋ ਘਰ ਦੁੱਖ ਵਾ, ਅਸੀਂ ਉਹਨਾਂ ਨੂੰ ਸੁਣਿਆ ਤਾਂ ਨਹੀਂ ਭੇਜਿਆ ਵੀ ਕਿਤੇ ਉਹ ਮਹਿਸੂਸ ਨਾ ਕਰ ਦੇਣ ਵੀ ਸਾਨੂੰ ਯਾਰ ਇਹਨਾਂ ਨੇ, ਜਿੱਦਾਂ ਕਿਸੇ ਨੂੰ ਵਧਾਈ ਦੇ ਦਈਏ ਨਾ ਹਰੇ ਨੂੰ, ਅਤੇ ਅਗਲਾ ਟਿੱਚਰ ਸਮਝਦਾ। ਅਸੀਂ ਮਾਫ਼ੀ ਮੰਗਦੇ ਹਾਂ, ਹਰ ਕੰਮ 'ਚ ਉਹਨਾਂ ਦੀ ਰਾਇ ਲਿਆ ਕਰਾਂਗੇ, ਹਰ ਕੰਮ ਨੂੰ ਸੱਦਾਂਗੇ, ਪਰ ਕੱਲ੍ਹ ਇੱਕ ਦੋ ਤਿੰਨ ਘਰਾਂ ਨੂੰ ਸਿਰਫ ਇਸੇ ਕਰਕੇ ਵੀ ਜੇ ਕਿਤੇ ਇੱਥੇ ਬੈਠਿਆ ਕੋਈ ਬੰਦਾ ਹੀ ਗੱਲ ਕਰ ਦੇਵੇ ਉਹਨਾਂ ਨੂੰ ਦੁਖੇ ਨਾ, ਨਹੀਂ ਤਾਂ ਅਸੀਂ ਬਿਲਕੁਲ ਉਹਨਾਂ ਦਾ ਵੀ ਸਤਿਕਾਰ ਕਰਦੇ ਹਾਂ, ਅਤੇ ਚਾਹੁੰਦੇ ਹਾਂ ਸਾਰੇ ਪਿੰਡ ਨੂੰ ਇਕੱਠੇ ਇੱਕ ਕਰਕੇ ਲਈਏ। ਸਾਡੇ ਮਜਬੂਰੀਆਂ ਇਹ ਆ, ਸਾਡੇ ਧੰਦੇ, ਸਾਡੇ ਬੰਨਾਂ ਦੇ, ਸਾਡੇ ਪੈਲੀਆਂ ਦੇ, ਹਰ ਪਿੰਡ ਦੇ ਹੁੰਦੇ ਆ ਜੀ। ਜਿਹੜਾ ਪਿੰਡ ਜੇਗਾ ਉਹ ਪਿੰਡ ਸਵਰਗ, ਜਿਹੜੀ ਕੌਮ ਜੇਗਾ ਉਹ ਕੌਮ ਸਵਰਗ, ਜਿਹੜੇ ਇਲਾਕੇ ਜੇਗਾ ਉਹ ਇਲਾਕਾ ਸਵਰਗ ਬਣ ਗਿਆ। ਇਹ ਕਰਕੇ ਅਸੀਂ ਤਾਂ ਕੋਸ਼ਿਸ਼ ਕਰਾਂਗੇ, ਅਤੇ ਕੰਮ ਜਿਹੜੇ ਤੁਸੀਂ ਪੁੱਛਦੇ ਹਾਂ, ਜੋ ਸੰਗਤ ਦੇ ਸਹਿਯੋਗ ਨਾਲ ਹੋਣਾ, ਜੋ ਸੰਗਤ ਦੀ ਸੋਚ ਹੋਈ, ਜੋ ਸੰਗਤ ਚਾਹੁੰਦੀ ਹੋਈ, ਇੱਕ ਗੱਲ ਮੈਂ ਤੁਹਾਨੂੰ ਕਹਿੰਦਾ, ਜੇ ਸੰਗਤ ਦਾ ਸਾਥ ਹੋਵੇ ਤਾਂ ਜਿਹੜਾ ਵੀ ਕੰਮ, ਭਾਵੇਂ ਸੋਨੇ ਦਾ ਬੰਨ ਬਣਨਾ, ਛੱਪੜ ਬਣਾਉਣੇ, ਗਲੀਆਂ ਬਣਾਉਣੀਆਂ, ਰਸਤੇ ਬਣਾਉਣੇ, ਇਹ ਸੰਗਤ, ਭਾਈ ਗੁਰਦਾਸ ਨੇ ਲਿਖਿਆ ਕਾਮ ਧੈਨਾ, ਇਹ ਕਲਪ ਵਰਿਕਸ਼ ਆ, ਇਹ ਪਾਰਸ ਪੱਥਰ ਆ,
राज सरकारां जिद्दां कोई नशियां दी गल आ किसी गल दी आ जिन्ना चिर आपां दुनिया नहीं चाहुंदी दुनिया साथ नहीं दिंदी अपने मन च नहीं आ कोई सरकार नहीं कर सकदी तां ना होया ही आ क्योंकि जिन्ना चिर अपने पब्लिक दे मन संगत दे मन नहीं ना चाहुंदा वी आ चीज़ कर संगत साथ नहीं दिंदी उहने चिर नहीं हो सकदी आ जिद्दां कि जिहड़े सर मंड दे पिंड हुंदे आ उहनां दे वखरे मुद्दे हुंदे हैगे आ विकास की वक्रे तरह की गल हुंदी है क्योंकि आम एक शहरी खेत्र के लागे पिंड वसिया एक मंड च वसिया वखो वखरा सभ्याचार सब कुछ वखरा हैगा तां इस पिंड दे की लगदा कि तुहानूं इत्थे आ काम जिहड़े अगे नहीं होए होण वाले और तुसीं इत्थों शुरू करोगे जिद्दां जी साडे फादर साहब 83 सरपंच बने उदों बहुत हालात माड़े सी पिंड दे साडी मेन गली गोदरा साहब ते रस्ते इत्थे ना साडा बहुमत सीगा पशु पालक साहीं लोग क्योंकि मंड च पानी आ जांदा सी ते मझां दा ज़्यादा साडा सिस्टम सी बसात दे दिनां दे मझां लंघ लंघ के गलियां दे विच इन्ना खोबा हो जांदा वी बंदियां नूं तुरना औखा हो जांदा है असीं कई वार परले बन्ने बन्नो कोई वाही नहीं हुंदी ते इधर थोड़ी बिल्ली फसल बीज दे लोग हुंदे वी वेहले बन्ना ते बह के ताश ही खेडदे मजबूरी बस बेचारे बैकवर्ड पिंड सीगा ते बहुते बंदे ताश खेड जांदे बंद घर चाह पीण नहीं जांदे वी रस्ते तों होणा साडे डैडी योग नहीं सी उस टाइम सियासत दे चलो संगत ने किसी कारण करके उन्होंने सरपंच बनाया तो उन्होंने आस ही साढ़े पिंड गलियां पक्या हो गोदरा साहब हो उन्होंने एक सेवादार के रूप आप से टुकड़ा ढो के गलियां बनाइया तो गोदरा साहब बनाया उदू बाद चलो समय समय ना जिनी किसी को ग्रांट मिली जिनी किसी को पहुँच मिली आपदे समय मुताबक आपकी योग्यता मुताबक कई बार ना यह हो जाता भी सरकार विरोधी होंगी है तो सरपंच उन्नी ग्रांट नहीं मिलती ब्लेम नहीं किसी किसी भी सरपंच क्योंकि 40 साल हो गए अलग अलग सरपंच बनते रहे इदा के ब्लेम करके किसी तो घट हो गया वो कोशिश हर एक ने की बिल्ली गल तो समती रही है पिछली बारी भी जो पिछले सरपंच बने सारे पिंड ने समती ने बनाया समती ने सरपंच बनाया बहुत ज़्यादा साथ दिता चलो उन्होंने काम किए सारी संगत दे सारे पुराने आगुआ के सहयोग ने सहयोग दिता तो उन्होंने भी किए कदे भी अं विरोधी कहोंगे लोड़ तो शायद वध किए जिनी उसकी पहुँच ही बहुत ज़्यादा किए काम हुण जिहड़ा अपना विशा वा ਗਾਂ ਜਿੰਨੇ ਹੋ ਸਕੇ ਉਹ ਪਿੰਡ ਦਾ ਕੋਈ ਛੱਪੜ ਬਣਨ ਵਾਲਾ ਇੱਕ ਦੋ ਵੱਡੇ ਰਸਤੇ ਰਹਿ ਗਏ ਸੀਗੇ ਉਹ ਬਣਨ ਵਾਲੇ ਆ ਜ਼ਿਆਦਾ ਸਾਡਾ ਨਾ ਸਾਡੇ ਘਰ ਰੋਟੀ ਹੋਵੇ ਨਾ ਜਿਹੜੇ ਤੁਸੀਂ ਨਾ ਹੋਰ ਪਿੰਡਾਂ ਦੇ ਹੋਰ ਪਿੰਡ ਜਿਹੜੇ ਬਹੁਤ ਐਡਵਾਂਸ ਪਿੰਡ ਵਾਲੇ ਲੋਕ ਬਾਹਰ ਗਿਆ ਉਹਨਾਂ ਕੋਲ ਪੰਚਾਇਤੀ ਜ਼ਮੀਨਾਂ ਹੈਗੀਆਂ ਪੰਚਾਇਤੀ ਫੰਡ ਹੈਗੇ ਸਾਡੇ ਕੋਲ ਇੱਕ ਮਰਲਾ ਜ਼ਮੀਨ ਤੇ ਪਿੰਡ ਨਹੀਂ ਕੋਈ ਅਸਰ ਕੋਈ ਸੋਰਸ ਨਹੀਂ ਆਮਦਨ ਦਾ ਅਸੀਂ ਜਾਂ ਗ੍ਰਾਹੀ ਕਰ ਸਕਦੇ ਹਾਂ ਜਾਂ ਜੋ ਪੰਚਾਇਤੀ ਜ਼ਮੀਨ ਨਹੀਂ ਹੈਗੀ ਇੱਕ ਮਰਲਾ ਨਹੀਂ ਇੱਕ ਮਰਲਾ ਕੋਈ ਸੋਰਸ ਨਹੀਂ ਪੰਚਾਇਤੀ ਆਮਦਨ ਦਾ ਸਾਡੇ ਕੋਲ ਜਾਂ ਅਸੀਂ ਗ੍ਰਾਹੀ ਕਰਾਂਗੇ ਤਾਂ ਜਾਂ ਸਾਨੂੰ ਜੋ ਗਵਰਨਮੈਂਟ ਫੰਡ ਦੇਊਗੀ ਜਾਂ ਸੰਗਤ ਗ੍ਰਾਹੀ ਗ੍ਰਾਹੀ ਦਾ ਇਹ ਵਿਸ਼ਾ ਵਾ ਸਾਨੂੰ ਜੇ ਗ੍ਰਾਹੀ ਕਰਕੇ ਜਿੱਦਾਂ ਬਾਹਰਲੇ ਆਉਂਦਾ ਜਾਂ ਵੀਰ ਆ ਪਿੰਡਾਂ 'ਚ ਛੱਪੜ ਬਣਾਉਂਦੇ ਆ ਪਿੰਡਾਂ ਦੇ ਵਿੱਚ ਕੋਈ ਕੰਮ ਕਰਦੇ ਆ ਸੁਧਾਰ ਕਰਦੇ ਆ ਪਾਰਕ ਬਣਾਉਂਦੇ ਆ ਕੁਛ ਬਣਾਉਂਦੇ ਆ ਸਾਨੂੰ ਜਿੰਨਾ ਕੁ ਫੰਡ ਕਿਤੇ ਬਾਹਰੋਂ ਮਿਲਦਾ ਸਾਨੂੰ ਬੰਨਾਂ 'ਤੇ ਲਾਉਣਾ ਪੈ ਜਾਂਦਾ ਕਿਉਂਕਿ ਸਾਡੀ ਉਹ ਰੋਜ਼ੀ ਰੋਟੀ ਆ ਜੇ ਉਹ ਕੰਢੇ ਵਾਲਾ ਬੰਨ ਗੌਰਮੈਂਟ ਦਾ ਨਹੀਂਗਾ ਆਹ ਜਿਹੜਾ ਪਿੰਡ ਬੰਨ ਆ ਗੁਰਦੁਆਰਾ ਸਾਹਿਬ ਦੇ ਲਾਗੇ ਇਹ ਸਰਕਾਰ ਵੱਲੋਂ ਕੈਰੋਂ ਸਾਹਿਬ ਦੇ ਟਾਈਮ ਦਾ ਬੱਧਾ ਇਹ ਕਹੀਂ ਬੰਨ ਗਾੜੀ ਐਡਵਾਂਸ ਬੱਧਾ ਬਾਬੇ ਸੀਚੇ ਵਾਲੀ ਤਾਂ ਸੰਗ ਦੀ ਮਤ ਨਾ ਉਹ ਬੰਨ ਸਾਨੂੰ 10-15 ਸਾਲ ਹੋ ਗਿਆ ਸਾਡੀ ਬਹੁਤ ਰੋਜ਼ੀ ਰੋਟੀ 3-4 ਹਜ਼ਾਰ ਕਿੱਲੇ ਦੀ ਬਣੀ ਆ ਉਹ ਕਿਤੇ ਨਾ ਕਿਤੇ ਪਾਣੀ ਆਣ ਕੇ ਪਿਛਲੇ ਵੱਲ ਤਾਂ ਬਹੁਤਾ ਵੱਡਾ ਟੁੱਟ ਜਾ ਆਮ ਟੁੱਟ ਜਾਂਦਾ ਵਾ ਸਾਨੂੰ ਇੱਕ ਗ੍ਰਾਹੀ ਮਜ਼ਬੂਰ ਸਮਾਈ ਬੰਦ ਕਰਨੀ ਪੈਂਦੀ ਆ ਵੀ ਉਹ ਜੇ ਪਾਰ ਪੂਰ ਨੇ ਰਿਪੇਅਰ ਕਰਨਾ ਤਾਂ ਇੱਧਰ ਮੈਂ ਦੇਖ ਰਿਹਾ ਸੀ ਕਿ ਕੋਈ ਆਵਾਜਾਈ ਦੀ ਸਹੂਲਤ ਨਹੀਂ ਹੈਗੀ ਜਿੱਦਾਂ ਸਰਕਾਰੀ ਕੋਈ ਬੱਸ ਕੋਈ ਇੱਧਰ ਆਉਂਦੀ ਨਹੀਂ ਨਾ ਅਸਲ ਇੱਦਾਂ ਵਾ ਵੀ ਆਮ ਬੱਸਾਂ ਸਰਕਾਰੀ ਸਹੂਲਤ ਉੱਥੇ ਚੱਲਦੀਆਂ ਵਾ ਜਿੱਥੇ ਅੱਗੇ ਕਰੋਸਿੰਗ ਹੋਵੇ ਜਿੱਦਾਂ ਆਪਣੇ ਪੁਲ ਬਣ ਜਾਵੇ ਚੋਲਾ ਸਾਹਿਬ ਨੂੰ ਜਾਂ ਕੁਛ ਹੋਵੇ ਤਾਂ ਫਿਰ ਬੱਸ ਅੱਗੇ ਇਹਦਾ ਦੁੱਖ ਇਹ ਆ ਸੁਲਤਾਨਪੁਰ ਤੋਂ 13 ਕਿਲੋਮੀਟਰ ਪਿੰਡ ਪਿੰਡ ਆਹਲੀ ਆਉਣਾ ਅਤੇ ਆਹਲੀਓਂ ਵਾਪਸੀ ਜਾਣਾ ਕਾਹਲੀ ਅੱਗੇ ਕੋਈ ਵਾਇਆ ਨਹੀਂਗਾ ਕੋਈ ਜੇ ਬੱਸ ਪ੍ਰਾਈਵੇਟ ਵੀ ਲੈਂਦਾ ਗੌਰਮੈਂਟ ਨੇ ਵੀ ਇੱਕ ਦੋ ਟਰਾਂਸਪੋਰਟ ਮੰਤਰੀ ਜਗੀਰ ਸਿੰਘ ਬਣੇ ਸੀ MLA ਕਮੇਲ ਸਿੰਘ ਚੀਮਾ ਸੀਗੇ ਆਈ ਸੀ ਬੱਸ 2-4, 10-10, 20 ਦਿਨ ਪਰ ਉਹ ਬੱਸ ਦਾ ਖਰਚਾ ਨਹੀਂ ਪੂਰਾ ਹੁੰਦਾ ਕਿਉਂਕਿ ਬੱਸ ਨੂੰ ਸਵਾਰੀ ਇੱਕ ਟਾਈਮ ਮਿਲਦੀ ਸਵੇਰੇ ਇੱਧਰੋਂ ਸੁਲਤਾਨਪੁਰ ਲੋਕਾਂ ਤੁਰੇ ਜਾਣਾ ਸ਼ਾਮ ਨੂੰ ਆਉਣਾ ਬਹੁਤ ਪ੍ਰਾਈਵੇਟ ਬੱਸਾਂ ਲੋਕਾਂ ਵੇਖੀਆਂ ਪਰ ਫੇਲ ਹੋ ਜਾਂਦੇ ਆ ਕਿਉਂਕਿ ਇੱਕ ਤਰਫੀ ਸਵਾਰੀ ਗਈ ਤੇ ਇੱਕ ਤਰਫੀ ਆਈ ਲੋਕਾਂ ਨੇ ਵੀ ਢਾਲ ਲਿਆ ਹੁਣ ਆਪਣੇ ਆਪ ਨੂੰ ਪਤਾ ਗੱਲ ਕੀ ਆ ਜਿਹੜੇ ਲੋਕ ਆ ਨਾ ਲੋਕ ਹਾਲਾਤਾਂ ਮੁਤਾਬਕ ਉਹਦਾ ਹੱਲ ਕੱਢ ਲੈਂਦੇ ਲੋਕਾਂ ਤੋਂ ਪਹਿਲੀ ਗੱਲ ਤਾਂ ਕੁਦਰਤੀ ਸਿਸਟਮ ਹੋ ਗਿਆ ਵੀ ਗੱਡੀਆਂ ਮਹਾਰਾਜ ਨੇ ਦੇ ਦਿੱਤੀਆਂ ਸਭ ਕੁਝ ਮੋਟਰਸਾਈਕਲ ਸੋਰਸ ਹੈਗਾ ਵਾ ਉਹ ਬੱਸਾਂ ਜਿਹੜੀਆਂ ਹੁਣ ਤਾਂ ਤੁਸੀਂ ਹਿਸਾਬ ਲਓ ਵੀ ਬਾਹਰ ਅੰਮ੍ਰਿਤਸਰ ਦਿੱਲੀ ਚੱਲਣਾ ਤਾਂ ਬੱਸਾਂ ਦੇ ਲੋਕ ਘੱਟ ਜਾਂਦੇ ਆਪਣੀਆਂ ਗੱਡੀਆਂ 'ਚ ਜਾਂਦੇ ਆ ਇੱਥੇ ਮਸਲਾ ਇਹ ਆ ਵੀ ਜਿਹਨੇ ਸੁਲਤਾਨਪੁਰ ਜਾਣਾ ਉਹਨੇ ਸੁਲਤਾਨਪੁਰ ਸ਼ਹਿਰ ਦੇ ਕੰਮ ਕਰਨੇ ਹੁੰਦੇ ਆ ਉਹ ਆਪਦਾ ਸਾਧਨ ਲੈ ਕੇ ਜਾਂਦਾ ਕਿਉਂਕਿ ਮੈਂ ਹਨੇਰਾ ਵੀ ਹੋ ਜਾਵੇ ਸਵੇਰ ਹੋ ਜਾਵੇ ਜਦੋਂ ਮਰਜ਼ੀ ਟਾਈਮ ਐਟ ਏ ਟਾਈਮ ਛੋਟੇ ਛੋਟੇ ਸਾਧਨ ਹੈਗੇ ਆ ਜਿਹਦੇ ਕੋਲ ਬਿਲਕੁਲ ਹੀ ਨਹੀਂ ਆਟੋ ਊਟੋ ਰਿਕਸ਼ੇ ਜਿਹੇ ਲੱਗੇ ਆ ਵੱਡੀ ਗੱਡੀ ਜੇ ਕੋਈ ਬੱਸ ਲੱਗੇ ਤਾਂ ਉਹਨੂੰ ਵਾਰਾ ਹੀ ਨਹੀਂ ਖਾਂਦਾ ਤਾਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਹੁਣ ਵਿਕਾਸ ਕਾਰਜੇ ਤੁਸੀਂ ਆਹ ਕਰਨੇ ਆ ਤਾਂ ਸਾਰਾ ਕੁਛ ਹੋ ਗਿਆ ਤਾਂ ਇਹ ਸਵਾਲ ਉੱਠਦਾ ਲੋਕਾਂ ਦੇ ਮਨਾਂ ਵਿੱਚ ਕਿ ਜੇ 40 ਸਾਲ ਤੋਂ ਵੋਟਾਂ ਨਹੀਂ ਪਈਆਂ ਤਾਂ ਐਤਕੀ ਕਾਹਤੋਂ ਪੈ ਗਈਆਂ
हाँ जी बिल्कुल पै भी गई तो पैनिया भी नहीं चाहदियाँ। यह 40 साल तो बड़ी वड्डी कृपा, क्योंकि वेखो अगे मैं तुहाडे नाल बिल्ला ना कैमरे अगर आने तो पहले भी गल्लां करदा हाँ। बड़े लिखे लोग पिछे बहुत आ, पर ज्यादा पढ़ाई जी है ना वो कोई बहुत ही सियाणप का विषय नहीं गा। साढ़े लोग अनपढ़ होने करके बैकवर्ड एरिया समझते वेख लो सब तो पिछे पिंड वा, पर कृपा इन्नी सी संतां महापुरशां दा धार्मिक पक्ष ज़्यादा है। वो धार्मिक पक्ष करके लोग जुड़न होने करके लोगों को सूझ अकल अंदर की अकल ही भी जी समति सू फायदा वा। तो यह तो तुम पता ही इलैक्शन के जिदा बाजिया कई कुछ हो जाता वा। इलैक्शन होने का कारण आ बड़ी कोशिश भी की संगत ने, बड़ा चारा भी लाया, पर मैं किसी पर भी नहीं ब्लेम लाऊंगा। मन चाहत कुछ और है कि और भाई कई बार कुदरत पता नहीं कोई प्रीख्या चा दें, कुदरत कई बार ना छड़ के बंद ला लो। मैं तो खाब खुद करूँगा, हो सकता अं बड़ी माण ना हथा कहने साडा पिंड आली 40 साल समती साडा पिंड, हो सकता कुदरत ने कोई साडा हंकार भी तोड़िया हो तुम नहीं जो जो मैनू भावे वो करना पैंदा वा। बाकी ब्लेम नहीं किसी पर, कोशिशा भी रही जिदन कागज टुकने उदन तक भी कागज टुकनिया। मैं कभी नहीं कहूँगा भी दूसरे का किसी का गुनाह, मतलब कुदरत ने कोई यहोजा हल नहीं कढ़न दिता। आगुआ ने जोर भी लाए, कोशिश की, कोशिश एंड कागज टुकन तो मैं होंगी रही, पर छड़ तो पता नहीं की कारण बन सकिया। क्योंकि एक मैं गल कह दूंगा जो भी वेथे ना, किसी कारण घूम घाम के गल मैं कैंडीडेट बन गया, कैंडीडेट बन गया। पहला विचार किया भी तेरे संमति हो जूगी, मुड़के संमति ना हो तो कैंडीडेट बन गया, मुकाबला आ गया। एक मैं कोशिश करता भी शायद वैदा पक्का नहीं जवान कहता भी जे शायद मैं कैंडीडेट ना होंदा, होर दो कैंडीडेट होंगे तो अं होर ज्यादा कोशिश करते हल करन दा। क्योंकि बंदियां दी आपो अपनी सोच होंदी आ, जो खुद बंदा कैंडीडेट बन जाए ना उन्हें हल करना औखा, क्योंकि वो वास्ते फिर डोर नहीं रह जाती। डोर संगत दे तो दूजे इंसानों के परमात्मा करे फस चल जाती है, उत्थे फिर कई मजबूरियां। तो यह कभी भी कोई बंदा कदे ब्लेम लावे एक भी बंदे ते भी उन्हें नहीं आती, उन्हें नहीं आती वादू सोचा होंगे। सिस्टम ही इदा का बन गया जी नहीं हुई, पर सानू दा दुख भी है। आखिर च मेरा यो सवाल है कि मैसेज है हम पिंड वास। मैसेज तो वा सारी पिंड 1200 वोट, किले किले वोटर वोटों तो बाद जिन्हें नहीं वोट बच्चे भी आ, मेरे वालों हाथ जोड़ के अपील आ, मेरे वास्ते हर बच्चा हर मैंबर पिंड का मैंबर आ, मेरा बच्चा वा, सारा साडा परिवार एक घर वा। जो भी देश पिंड का देश विकास करना चाहते पिंड वाले जे चाहते आ तो साथ देन, मैं हर थान तैयार होऊंगा। जिदा की सेवा लाउन, सरकारी सेवा लाउन, घरों अगे ला के जो मैं हुक्म करना मेरे वालों सिर मत्थे होगा, पर होगा तो विकास जे संगत सारे साथ दे के एक करके चाह, नहीं तो कला कोई नहीं कुछ कर सकता जी। तो यह सन सरदार शमिंदर सिंह जिन्हां दे घरों बीबी जगीर कौर हुणी सरपंच चुने गए ने पिंड आली कलां दे विच। 40 सालां बाद वोटां होईयां ते इस वोटां दे मुकाबले दे विच इन्हां नूं जिहड़ी सरपंची की सेवा मिली हैगी। इन्हां दा कहना है कि वोटां वाले दिन तक जो विरोधीबाजी का गल सीगा तां हुण वोटां लंघ गईआं ने, तां हुण इस विच कोई विरोधी नहीं हैगा। पिंड उन्हां दा जिहड़ा सारा पिंड आ उह सारे पिंड नूं अपना परिवार मानदे ने, ते परिवार इकट्ठा बैठ के सलाह मशवरा करेगा ते फिर जिहड़े असीं विकास के काम अगे तोड़ांगे। कैमरामैन गुरदेव दे नाल इंद्रजीत सिंह चाल, पिंड आली कलां, कपूरथला।